ਨੰਬਰ 7 ਸਟੈਪ ਡਾਂਸ ਅਤੇ ਪੈਰ ਇਕੱਠੇ ਕਰਨਾ। ਸਿੰਕ ਵੱਲ ਮੂੰਹ ਕਰਕੇ ਖੜ੍ਹੇ ਹੋਵੋ। ਸਿੰਕ ਨੂੰ ਦੋਨੋਂ ਹੱਥਾਂ ਨਾਲ ਫੜੋ। ਇੱਕ ਪੈਰ ਨੂੰ ਇੱਕ ਸਾਈਡ ਵੱਲ ਲੈ ਕੇ ਜਾਓ ਅਤੇ ਵਾਪਸ ਲਿਆਓ। ਪਿੱਛੇ ਨੂੰ ਲਿਜਾਓ ਅਤੇ ਵਾਪਸ ਲਿਆਓ। ਅਗਾਂਹ ਨੂੰ ਲਿਜਾਓ ਅਤੇ ਵਾਪਸ ਲਿਆਓ। ਫਿਰ ਅਜਿਹਾ ਦੂਸਰੇ ਪੈਰ ਨਾਲ ਕਰੋ। ਹਰ ਲੱਤ ਨਾਲ ਦੋ ਤਿੰਨ ਵਾਰੀ ਹੋਰ ਕਰੋ। ਇੱਕ ਪੈਰ ਨਾਲ ਇੱਕ ਕਦਮ ਚੁੱਕੋ, ਫਿਰ ਦੂਜੇ ਨਾਲ ਇੱਕ ਕਦਮ ਚੁੱਕੋ ਅਤੇ ਅਜਿਹਾ ਆਪਣੇ ਆਲੇ ਦੁਆਲੇ ਵੱਖਰੀਆਂ ਥਾਵਾਂ 'ਤੇ ਕਰੋ। ਪੈਰ ਬਦਲੋ, ਹਰ ਪੈਰ ਨਾਲ ਦੋ ਤਿੰਨ ਵਾਰੀ ਹੋਰ ਕਰੋ। ਪੈਰ ਇਕੱਠੇ ਹਿਲਾਓ, ਰੋਕੋ। ਪੈਰ ਦੂਰ ਕਰੋ, ਪੈਰ ਇਕੱਠੇ ਕਰੋ, ਰੋਕੋ। ਜੇਕਰ ਬਹੁਤ ਸੌਖਾ ਲੱਗੇ ਤਾਂ ਹੌਲੀ ਹੌਲੀ ਜ਼ਿਆਦਾ ਵਾਰੀ ਕਰੋ। ਹਰ ਪੈਰ ਨਾਲ 15 ਵਾਰੀ ਤੱਕ ਅਤੇ 15 ਵਾਰੀ ਦੋਨਾਂ ਪੈਰਾਂ ਨਾਲ ਇਕੱਠਾ। ਹੌਲੀ ਹੌਲੀ ਸਿੰਕ ਜਾਂ ਕਾਊਂਟਰ ਨੂੰ ਕੱਟ ਫੜੋ। ਬਹੁਤ ਵਧੀਆ, ਤੁਸੀਂ ਅੱਜ ਆਪਣਾ ਪੱਧਰ ਤੂੰ ਵੀ ਕਰ ਲਿਆ ਹੈ। ਇਸ ਸਾਰੀਆਂ ਕਸਰਤਾਂ ਨੂੰ ਰੋਜ਼ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਸਿਹਤਮੰਦ ਅਤੇ ਮਜ਼ਬੂਤ ਰੱਖ ਸਕਦੇ ਹੋ।